ਸਵਾਗਤ ਹੈ ਜੀ ਤੁਹਾਡਾ ਸਾਰਿਆਂ ਨੂੰ ਸਾਡੇ ਚੈਨਲ ਪੰਜਾਬੀ ਸਿਲਾਈ ਸੈਂਟਰ 'ਤੇ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਜਿਹੜੀਆਂ ਆਪਣੀਆਂ ਵੀਡੀਓ ਲਗਾਤਾਰ ਪੈਂਦੀਆਂ ਰਹਿੰਦੀਆਂ ਨੇ, ਅਤੇ ਇਹ ਹੁਣ ਆਪਾਂ ਤੁਹਾਡੇ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਹਾਂ। ਕਿਉਂਕਿ ਦੇਖੋ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਸਿਲਾਈ ਕੋਰਸ। ਸਿਲਾਈ ਕੋਰਸ ਦੇਖੋ ਆਪਾਂ ਨੇ ਪਹਿਲਾਂ ਵੀ ਚਲਾਇਆ ਸੀ, ਉਹ ਕੋਰਸ ਨਾਲ ਵੀ ਬਹੁਤ ਭੈਣਾਂ ਨੇ ਲਾਹਾ ਲਿੱਤਾ ਸੀ, ਬਹੁਤ ਜ਼ਿਆਦਾ ਭੈਣਾਂ ਕੰਮ ਸਿੱਖੀਆਂ ਸੀ। ਅਤੇ ਜਿਹੜੀਆਂ ਹੁਣ ਭੈਣਾਂ ਨਵਾਂ ਕੰਮ ਸਿੱਖਣਾ ਚਾਹੁੰਦੀਆਂ ਨੇ ਉਹ ਆਪਣੇ ਜਿਹੜਾ ਕੋਰਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਦੇ ਆ। ਇਹ ਕੋਰਸ 'ਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ, ਬਰੀਕੀ ਨਾਲ ਤੁਹਾਨੂੰ ਸਮਝਾਵਾਂਗੇ। ਜਿਹੜਾ ਸਿੰਪਲ ਸੂਟ ਆ, ਸਿੰਪਲ ਸੂਟ ਤੋਂ ਆਪਾਂ ਸਟਾਰਟ ਕਰਾਂਗੇ। ਜਿਵੇਂ ਕਿ ਬਾਅਦ ਦੇ ਵਿੱਚ ਦੇਖੋ ਕਮੈਂਟ ਆਉਣ ਲੱਗ ਜਾਂਦੇ ਆ ਵੀ ਆਪਾਂ ਨੂੰ ਉਹ ਚੀਜ਼ ਦੱਸੋ, ਉਹ ਚੀਜ਼ ਦੱਸੋ। ਜਿਹੜਾ ਇਹ ਸਿਲਾਈ ਜਿਹੜਾ ਕੋਰਸ ਹੁੰਦਾ ਦੇਖੋ ਇਹ ਸ਼ੁਰੂ ਤੋਂ ਜੀਰੋ ਤੋਂ ਸ਼ੁਰੂ ਹੁੰਦਾ ਗਾ। ਉਸ ਤੋਂ ਬਾਅਦ ਦੇਖੋ ਹੌਲੀ ਹੌਲੀ ਆਪਾਂ ਇਹ ਵੀਡੀਓ ਪਾਉਂਦੀ ਜਾਵਾਂਗੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਜਾਵਾਂਗੇ। ਜਦੋਂ ਵੀ ਦੇਖੋ ਤੁਸੀਂ ਨੇ ਸਿਲਾਈ ਕੋਰਸ ਸਿੱਖਣਾ ਗਾ, ਤੁਹਾਨੂੰ ਹਮੇਸ਼ਾ ਜੀਰੋ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਜਿਵੇਂ ਕਿ ਆਪਾਂ ਵੀਡੀਓ ਪਾਵਾਂਗੇ ਉਸੇ ਤਰੀਕੇ ਨਾਲ ਹੀ। ਅਤੇ ਇੱਕ ਗੱਲ ਹੋਰ ਵੀ, ਵੀਡੀਓ ਜਿਹੜੀ ਆਪਾਂ ਪਾਉਣੇ ਹੁੰਦੇ ਉਹਨੂੰ ਪ੍ਰੋਪਰ ਦੇਖਿਆ ਕਰੋ। ਇੱਦਾਂ ਨਹੀਂ ਹੈਗਾ ਵੀ ਆਪਾਂ ਨੇ ਦੇਖ ਲਓ ਇੱਕ ਵਾਰੀ ਦੇਖ ਲਿਆ, ਕਈ ਵਾਰ ਨਹੀਂ ਸਮਝ ਆਉਂਦੀ ਤਾਂ ਉਹਨੂੰ ਦੇਖੋ ਦੁਬਾਰਾ ਰਿਪੀਟ ਕਰੋ, ਠੀਕ ਆ ਜੀ। ਹੁਣ ਦੇਖੋ ਕਈ ਵਾਰ ਬੱਚੇ ਅਣਜਾਣ ਹੁੰਦੇ ਆ, ਨਹੀਂ ਸਮਝ 'ਚ ਆਉਂਦੀ। ਜਦੋਂ ਵੀ ਆਪਾਂ ਨਵਾਂ ਕੰਮ ਸ਼ੁਰੂ ਕਰਦੇ ਹਾਂ ਆਪਾਂ ਨੂੰ ਥੋੜ੍ਹੀ ਦਿੱਕਤ ਤਾਂ ਜ਼ਰੂਰ ਆਉਂਦੀ ਆ, ਪਰ ਆਪਾਂ ਇਸ ਵੀਡੀਓ 'ਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਅਤੇ ਜਾਣੀ ਕਿ ਇਕੱਲੀ ਇਕੱਲੀ ਗੱਲ ਦੀ ਤੁਹਾਨੂੰ ਸਮਝ ਦੇਵਾਂਗੇ ਵੀ ਜਿਹੜਾ ਤੁਸੀਂ ਆਸਾਨੀ ਨਾਲ ਜਿਹੜਾ ਇਹ ਜਿਹੜਾ ਸਿਲਾਈ ਕੋਰਸ ਆ ਸਾਰਾ ਪੂਰਾ ਕਰ ਸਕੋ। ਅਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ। ਜਿਹੜੀਆਂ ਭੈਣਾਂ ਦੇਖੋ ਸਿਲਾਈ ਕੋਰਸ ਸਿੱਖਣਾ ਚਾਹੁੰਦੀਆਂ ਨੇ ਉਹਨਾਂ ਨੂੰ ਆਪਣੀ ਵੀਡੀਓ ਦਾ ਲਿੰਕ ਜ਼ਰੂਰ ਭੇਜਿਓ, ਕਿਉਂਕਿ ਆਪਾਂ ਨੂੰ ਆਏ ਆ ਵੀ ਵੱਧ ਤੋਂ ਵੱਧ ਜਿਹੜਾ ਇਹ ਸਿਲਾਈ ਕੋਰਸ ਆ ਭੈਣਾਂ ਆਪਣਾ ਲਾਹਾ ਲੈ ਸਕਣ, ਕੰਮ ਘਰ ਬਹਿ ਕੇ ਸਿੱਖ ਸਕਣ। ਅਤੇ ਜਿਹੜਾ ਆਪਣਾ ਇਹ ਸਿਲਾਈ ਕੋਰਸ ਹੋਊਗਾ ਕੋਈ ਪੈਸਾ ਨਹੀਂ ਹੈਗਾ ਇਹਦਾ, ਫਰੀ ਆਪਾਂ ਤੁਹਾਨੂੰ ਸਿਖਾਵਾਂਗੇ, ਫਰੀ ਦੇ ਵਿੱਚ ਸਾਰੀ ਟ੍ਰੇਨਿੰਗ ਦੇਵਾਂਗੇ ਤੁਹਾਨੂੰ। ਇਸ ਕਰਕੇ ਵੱਧ ਤੋਂ ਵੱਧ ਆਪਣੇ ਕੋਰਸ ਦਾ ਜਿਹੜਾ ਲਾਹਾ ਲਓ। ਅਤੇ ਜਿਹੜੀ ਵੀਡੀਓ ਪਾਉਣੀ ਆ, ਵੀਡੀਓ ਦੇਖੋ ਆਪਾਂ ਜਿਵੇਂ ਆਪਣੀ ਪਹਿਲਾਂ ਪੈਂਦੀ ਆ, ਤੀਜੇ ਦਿਨ ਪੈਂਦੀ ਆ, ਵੱਧ ਤੋਂ ਵੱਧ ਵੀ ਚੌਥਾ ਦਿਨ ਵੀ ਹੋ ਜਾਂਦਾ ਕਿਉਂਕਿ ਕੰਮ ਦਾ ਜ਼ੋਰ ਹੁੰਦਾ। ਇਸ ਕਰਕੇ ਵੀਡੀਓ ਲਗਾਤਾਰ ਨਹੀਂ ਪੈਂਦੀ, ਇਸ ਕਰਕੇ ਵੀ ਜਿਹੜੀ ਵੀਡੀਓ ਪਾਇਆ ਕਰਾਂਗੇ ਉਹ ਆਪਾਂ ਵੈਸੇ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਤੀਜੇ ਦਿਨ ਹੀ ਪਾਇਆ ਕਰੀਏ। ਇਸ ਕਰਕੇ ਵੀ ਇਹ ਆਪਾਂ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਆਏ ਹਾਂ ਵੀ ਜਦੋਂ ਵੀ ਹੁਣ ਕੋਈ ਵੀ ਭੈਣ ਕੰਮ ਸਿੱਖਣਾ ਚਾਹੁੰਦੀ ਆ ਤਾਂ ਆਪਣੇ ਚੈਨਲ ਨਾਲ ਜ਼ਰੂਰ ਜੁੜੋ। ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਆ ਵੀ ਆਪਾਂ ਤੁਹਾਡੇ ਵਾਸਤੇ ਸਿਲਾਈ ਕੋਰਸ ਲੈ ਕੇ ਆਉਣੇ ਹੈਗੇ, ਠੀਕ ਹੈ ਜੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।